ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮ ਐਗਜ਼ਾਮ ਸਟੱਡੀ ਚੈਨਲ ਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਹਾਂਜੀ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ 11ਵੀਂ ਦੇ ਵਿਦਿਆਰਥੀਆਂ ਦੇ ਇੰਗਲਿਸ਼ ਦੇ ਪੇਪਰ ਦਾ ਸੋਲੂਸ਼ਨ ਲੈ ਕੇ ਆ ਚੁੱਕੇ ਹਾਂ ਬੜੇ ਰੋ ਵੀਡੀਓ ਵਿੱਚ ਦੱਸ ਦਿਆਂ ਸਾਰਾ ਸੋਲੂਸ਼ਨ ਜਿਹੜਾ ਸੋਲੂਸ਼ਨ ਕੀਤਾ ਉਹ 100% 100% ਰੀਅਲ ਹੈਗਾ ਚਲੋ ਕਰਦੇ ਹਾਂ ਸ਼ੁਰੂ ਹਾਂਜੀ ਦੋਸਤੋ ਪਹਿਲੇ ਕੁਐਸਚਨ ਦਾ ਆਨਸਰ ਆਪਣਾ ਬੀ ਬੀ ਆਪਸ਼ਨ ਹੈਗੀ ਹੈ ਲੇਡੀਜ਼ ਹੋਸਟਲ ਅੱਗੇ ਦੂਜਾ ਕੁਐਸਚਨ ਹੈਗਾ ਜਿਹੜਾ ਉਹਦਾ ਹੈਗਾ ਆਪਣਾ ਟਰੂ ਆਪਸ਼ਨ ਤੀਜੇ ਕੁਐਸਚਨ ਚ ਆਊਗਾ ਮੇਲ ਬੀ ਆਪਸ਼ਨ ਜਿਹੜਾ ਚੌਥਾ ਕੁਐਸਚਨ ਆ ਉਹਦੇ ਚ ਵੀ ਡੀ ਆਪਸ਼ਨ ਖੁਸ਼ਵੰਤ ਸਿੰਘ ਜਿਹੜਾ ਪੰਜਵਾਂ ਕੁਐਸਚਨ ਆ ਉਹਦੇ ਚ ਬੀ ਆਪਸ਼ਨ ਹਿਸ ਗ੍ਰੈਂਡਮਦਰ ਛੇਵੇਂ ਕੁਐਸਚਨ ਦੇ ਵਿੱਚ 3 ਆਪਸ਼ਨ 5 ইয়ার্স ਅੱਗੇ ਸੈਕਸ਼ਨ ਬੀ ਆ ਗਿਆ ਜਿਹੜਾ ਸੱਤਵਾਂ ਕੁਐਸਚਨ ਆ ਉਹਦੇ ਵਿੱਚ ਹੈਗਾ ਆਪਣਾ ਆਨਸਰ ਸੱਤਵੇਂ ਦੇ ਵਿੱਚ ਬੀ ਲਾਈਨਸ ਰਿਟਨ ਇਨ अर्ली ਸਪ੍ਰਿੰਗ ਵਿਲੀਨ ਹਲਾ 8ਵੇਂ ਦੇ ਵਿੱਚ ਆਊਗਾ ਆਪਣਾ ਲਿੰਕਥਿਨ ਰੈਨਮਨ ਸੀ ਆਪਸ਼ਨ ਤੇ ਅੱਗੇ ਜਿਹੜਾ ਆਪਣਾ ਨੋਵਾਂ ਹੈਗਾ ਉਹਦੇ ਵਿੱਚ ਆਊਗਾ ਆਪਣੀ ਬੀ ਆਪਸ਼ਨ ਸੈਕਸ਼ਨ ਸੀ ਦਸਵਾਂ ਕੁਸ਼ਨ ਦਸਵੇਂ ਕੁਸ਼ਨ ਦਾ ਜਿਹੜਾ ਆਪਣਾ ਆਨਸਰ ਹੈਗਾ ਉਹ ਹੈਗਾ ਸੀ ਪੈਕਿੰਗ ਅਪ ਤੇ ਉਸ ਤੋਂ ਅੱਗੇ ਆਉਂਦਾ ਆਪਣਾ 11ਵਾਂ ਕੁਸ਼ਨ 11ਵੇਂ ਕੁਸ਼ਨ ਦਾ ਆਨਸਰ ਰਹੇਗਾ ਬਾਈ ਦਾ ਮੈਚ ਲਾਈਟ ਆਪਸ਼ਨ ਏ ਅੱਗੇ ਆ ਜਾਂਦੀ ਹੈ ਆਪਣੀ ਟ੍ਰਾਂਸਲੇਸ਼ਨ ਬਾਰਮਾ ਮੈਂ ਬੇਈਮਾਨ ਨਹੀਂ ਹਾਂ ਇਸ ਦਾ ਜਿਹੜਾ ਆਨਸਰ ਹੈਗਾ ਆਈ ਵਾਸ ਨੋਟ ਡਿਡ ਓਨੈਸਟ ਸੀ ਆਪਸ਼ਨ 13ਵਾਂ ਉਹ ਭੁੱਖਾ ਹੈ ਹੀ ਇਜ਼ ਭੁੱਖਾ ਹੈ ਹੀ ਇਜ਼ ਹੈਂਗਰੀ 14ਵਾਂ ਆ ਜਾਂਦਾ ਅੱਗੇ ਇਸ ਦਾ ਹੈਗਾ ਕਿ ਇਹ ਆਮ ਰਸਤਾ ਹੈ ਸੀ ਆਪਸ਼ਨ ਅੱਗੇ ਆ ਜਾਂਦੀ ਆਪਣੀ ਗ੍ਰਾਮਰ ਗ੍ਰਾਮਰ ਚ ਪਹਿਲੇ ਦਾ ਆਨਸਰ ਹੈਗਾ ਸੀ ਆਪਸ਼ਨ ਦਾ ਤੇ 16ਵੇਂ ਜਿਹੜਾ ਕੁਐਸਚਨ ਆ ਉਸਦਾ ਆਪਣਾ ਆਨਸਰ ਹੈਗਾ ਡੀ ਆਪਸ਼ਨ ਬੋਥ ਅੱਗੇ ਆ ਜਾਂਦੇ ਨੇ ਆਪਣੇ ਮਾਡਲਸ ਮਾਡਲ ਚੋ 17ਵੇਂ ਦਾ ਆਨਸਰ ਹੈਗਾ ਆਪਸ਼ਨ ਬੀ ਸ਼ੁੱਡ ਅਤੇ 18ਵੇਂ ਦਾ ਆਨਸਰ ਆਪਸ਼ਨ ਏ ਮੇ 19ਵੇਂ ਦਾ ਆਪਸ਼ਨ ਹੈਗਾ ਡੀ 올 ਦਾ ਅਬੋਵ ਤੇ ਅੱਗੇ ਆਪਨਾ ਆ ਜਾਂਦਾ 20ਵਾਂ ਕੁਐਸਚਨ ਵੀਵਿੰਦਾ ਹੈਗਾ ਅ ਇ ਫਰੈਂਡ ਆਫ ਫੈਮਿਲੀ ਮੈਂਬਰਸ